ਸੁਨੋ ਇੱਕ ਸਮੀਖਿਆ ਪਹਿਲੀ ਜੁਲਾਈ 1976 ਮਤਾ ਕਿਸ਼ ਬਦਲਣੇ ਚਾਹਤਾ ਹੈ ਟਕੋਦਾ ਕਰੀਏ ਅਪਰਾਧਿਕ ਨਿਆਸ ਰਿਸਤੇ ਚ ਉਹ ਇਸ ਕਰੀਏ ਕਿ ਜੇ ਪਹਿਲੀ ਜੁਲਾਈ ਕੋਲਾ ਤਰੇ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋਣ ਜਾਕਰ ਦਿਨ ਇਹਦੇ ਤਹਿਤ ਸੰ 1860 ਚ ਬਣੀ ਦੀ ਆਪੀਸੀ ਦੀ ਥਾਰ ਲੈਗ ਭਾਰਤੀ ਨਿਆਸ ਸੰਹਿਤਾ ਜਿਸੀ ਆਮ ਪਾਸ਼ਾ ਚ ਬੀ ਐਨ ਐਸ ਆਖਿਆ ਜਾਗ ਸੰ 1898 ਚ ਬਣੀ ਦੀ ਸੀ ਆਰ ਪੀਸੀ ਦੀ ਥਾਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਯਾਨੀ BNS S 201872 ਦੇ ਭਾਰਤੀ ਐਵੀਡੈਂਸ ਐਕਟ ਦੀ ਧਾਰ ਲੇਗ ਭਾਰਤੀ ਸਾਕਸ਼ਏ ਅਧਿਨਿਯਮ ਇਨੇ ਤਰਉਨੇ ਨਵੇਂ ਕਾਨੂੰਨ ਦੇ ਲਾਗੂ ਹੋਣੇ ਦੇ ਬਾਅਦ ਕਈ ਸਾਰੇ ਨਿਯਮ ਕਾਇਤੇ ਬਦਲੀ ਜਾਣਗਨ ਕਿਛ ਐਸੇ ਮਾਮਲਿਆਂ ਗਨ ਜਿੰਦੇ ਚ ਸਜ਼ਾ ਮਿਲਨੇ ਪਰ ਉੰਦੇ ਖਿਲਾਫ ਉੱਪਰਲੀ ਅਦਾਲਤਾਂ ਚ ਅਪੀਲ ਨਹੀਂ ਕੀਤੀ ਜਾਇ ਸਕੋਗਾ ਇਸ ਸੱਚਾ ਲਈ ਬੀ ਐਨ ਐਸ ਐਸ ਚ ਇੱਕ ਨਵੀਂ ਦਫਾ ਯਾਨੀ ਤਾਰਾ ਜੋੜੀ ਗਈ ਹੈ ਜੇ ਤੇ ਚ આરોપી ਦੀ ਸੰਪਤੀ ਜ਼ਬਤ ਕਰਨੇ ਦਾ ਕਾਨੂੰਨ ਔਰ ਸਖਤ ਕਰ ਦਿੱਤਾ ਗਿਆ ਹੈ ਪਹਿਲੀ ਗੱਲ ਕਰਨੀ ਆ ਕਿ ਅਜਿਹੇ ਮਾਮਲੇ ਦੀ ਜਿੰਦੇ ਚ ਉੱਪਰਲੀ ਅਦਾਲਤਾਂ ਚ ਅਪੀਲ ਨਹੀਂ ਕੀਤੀ ਜਾイ ਸਕੋਗ ਬੀ ਐਨ ਐਸ ਐਸ ਦੀ ਤਾਰਾ 417 ਚ ਦੱਸਿਆ ਗਿਆ ਜੇ ਕਿਹੜੇ ਕਿਹੜੇ ਮਾਮਲੇ ਚ ਸਜ਼ਾ ਮਿਲਣੇ ਪਰ ਉਨ ਉੱਪਰਲੀ ਅਦਾਲਤਾਂ ਚ ਅਪੀਲ ਨਹੀਂ ਕੀਤੀ ਜਾイ ਸਕੋਗ ਜੇਕਰ ਆਈ ਕੋਰਟ ਚ ਕਿਸੇ ਦੋਸ਼ੀ ਕੀ ਤ੍ਰੈਮੀ ਨੇ ਜਾਂ ਉਦੇਸ਼ਾ ਘੱਟ ਸਮੇਂ ਲਈ ਜੇਲ ਜਾਂ 3000 ਰੁਪਏ ਤੱਕ ਦਾ ਜੁਰਮਾਨਾ ਜਾਂ ਭੀ ਇਹਨਾਂ ਦੋਨੋਂ ਦੀ ਕੇ ਸਜ਼ਾ ਤੋਂ ਦਿੱਕਾ ਤਾਂ ਇਸੀ ਉੱਪਰਲੀ ਅਦਾਲਤ 'ਚ ਚੁਣੌਤੀ ਨਹੀਂ ਦਿੱਤੀ ਜਾ ਸਕੋਗਾ ਆਈਪੀਸੀ ਦੀ ਦਫਾ 376 ਹੀ ਜਿਹਦੇ ਤਹਿਤ 6 ਮਹੀਨੇ ਕੁਲਾ ਘੱਟ ਦੀ ਸਜ਼ਾ ਕੀ ਚੁਣੌਤੀ ਨਹੀਂ ਦੇਈ ਸਕਦੇ ਹੀ ਯਾਨੀ ਨਵੇਂ ਕਾਨੂੰਨ 'ਚ ਬਿੰਦ ਰਾਤ ਦਿੱਤੀ ਗਈ ਹੈ ਇਤੇ ਲਾਵਾ ਜੇਕਰ ਸੈਸ਼ਨ ਕੋਰਟ ਚਾ ਕੁਸੈ ਦੋਸ਼ੀ ਕੀ ਤ੍ਰੈਮੀ ਨੇ ਜਾਂ ਉਦੇਸ਼ਾ ਘਟ ਦੀ ਜੇਲ ਜਾਂ 200 ਰੁਪਏ ਦਾ ਜੁਰਮਾਨਾ ਜਾਂ ਭੀ ਦੌਨਨੇ ਦੀ ਸਜ਼ਾ ਤੋਂ ਦੀ ਹੈ ਤਾਂ ਇਸੇ ਵੀ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਤੋਹੀਂ ਜੇਕਰ ਮੈਜਿਸਟ੍ਰੇਟ ਕੋਰਟ ਪਾਸਿਆਂ ਕੁਸੈ ਅਪਰਾਧ ਚ 100 ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਹਦੇ ਖਿਲਾਫ ਵੀ ਅਪੀਲ ਉੱਪਰਲੀ ਅਦਾਲਤਾਂ ਚ ਨਹੀਂ ਕੀਤੀ ਜਾ ਸਕਦੀ। ਅਜਿਕੇ ਜੇਕਰ ਕੁਸੈ ਔਰ ਸਜ਼ਾ ਦੇ ਕੰਨੋ ਕਰਨੀ ਇਹ ਸਜ਼ਾ ਵੀ ਤੋਂ ਦੀ ਹੈ। ਤਾਂ ਪੀ ਇਸੀ ਉੱਪਰਲੀ ਅਦਾਲਤ 'ਚ ਚੁਣੌਤੀ ਪੱਕਾ ਦਿੱਤੀ ਜਾ ਸਕਦੀ ਹੈ। ਨਵੇਂ ਕਾਨੂੰਨ ਦੇ ਲਾਗੂ ਹੋਣੇ ਦੇ ਬਾਅਦ ਸੰਪਤੀ ਜ਼ਬਤ ਤੇ ਕੁੜਕੀ ਲਈ ਇਹ ਵੀ ਨਵੀਂ ਬਵਸਥਾ ਬਣਾਈ ਗਈ ਹੈ। ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 'ਚ આરોપી ਦੀ ਸੰਪਤੀ ਦੀ ਜ਼ਬਤੀ ਤੇ ਕੁੜਕੀ ਲਈਏ ਇੱਕ ਨਵੀਂ ਤਾਰਾ ਜੋੜੀ ਗਈ ਹੈ। ਤਾਰਾ 107 ਇਸ ਦਫਾ ਜਾਂ ਤਾਰਾ 'ਚ ਦਸਿਆ ਗਿਆ ਹੈ ਜੇ ਪੁਲਸ ਕੁਸਲੇ ਅਰੋਪੀ ਦੀ ਸੰਪਤੀ ਦੀ ਜ਼ਬਤੀਆਂ ਕੁੜਕ ਕਰਨ ਲਈ ਅਦਾਲਤ ਅੱਚਰਖਾਸਤ ਦੇ ਸਕਦੀ ਹੈ ਦਫਾ 107 1 ਮੁਜਬ ਜੇਕਰ ਜਾਂਚ ਕਰਾ ਕਰਦੇ ਪੁਲਿਸ ਅਧਿਕਾਰੀ ਨੂੰ ਲੱਗਦਾ ਹੈ ਜੇ ਕੁਸੇ ਸੰਪਤੀ ਕੀ ਅਪਰਾਧ ਦੀ ਕਮਾਈ ਕਰਨੇ ਬਨਾਇਆ ਗਿਦਾ ਹੈ ਜਾਂ ਕੁਸੇ ਅਪਰਾਧਿਕ ਗਤੀਵਿਧੀ ਰਾਏ ਕਮਾਇਆ ਗਿਦਾ ਤਾਂ ਐਸਪੀ ਜਾਂ ਪੁਲਿਸ ਕਮਿਸ਼ਨਰ ਐਸੀ ਸੰਪਤੀ ਦੀ ਕੁੜਕੀ ਲਈ ਅਦਾਲਤ ਅੱਚਰਖਾਸਤ ਕਰੀ ਸਕਦਾ ਹੈ ਦਫਾ 107 2 ਦੇ ਤਹਿਤ ਜਾਂਚ ਇਸ ਸਬੂਤ ਦੀ ਬਨਾਉ ਪਰ ਅਦਾਲਤ આરોપી ਕੀ ਨੋਟਿਸ ਜਾਰੀ ਕਰੂਗਾ ਤੇ 14 ਦਿਨਾਂ ਦੇ ਅੰਦਰ ਅੰਦਰ ਜਵਾਬ ਵੀ ਮੰਗੂਗਾ ਜਿਉ ਉਹਦੀ ਸੰਪਤੀ ਕੀ ਕੀ ਕੁੜਕ ਨਹੀਂ ਕੀਤਾ ਜਾ ਇੰਨਾ ਕਿ ਨਹੀਂ ਜੇਕਰ ਉਹ ਸੰਪਤੀ ਕਿਸੇ ਔਰ ਦੇ ਨਾਮ ਪਰ ਵੀ ਹੈ ਤਾਂ ਵੀ ਅਦਾਲਤ ਉਸੇ ਨੋਟਿਸ ਜਾਰੀ ਕਰੀ ਸਕਦੀ ਹੈ ਸਮੀਖਿਆ ਸਮਾਪਤ ਹੋਈ